ਮੈਂ ਸ਼ਾਮ ਵਾਲਾ ਕਾਉਂਸਲਰ ਸੀਐਸਸੀ ਤ੍ਰਿਪੜੀ ਤੋਂ। ਕੋਵਿਡ-19 ਦੇ ਦੌਰਾਨ ਅਸੀਂ ਦੁਖਨਾਨ ਗੁਰਦੁਆਰੇ ਦੇ ਵਿੱਚ ਸਥਿਤ ਨਾਨਕੀ ਸਰਾਏ ਦੇ ਵਿੱਚ ਕੁਆਰੰਟਾਈਨ ਕੀਤੇ ਹੋਏ ਪੇਸ਼ੈਂਟਸ ਨੂੰ ਸਮੇਂ-ਸਮੇਂ ਸਿਰ ਦੌਰਾਨ ਉਹਨਾਂ ਨੂੰ ਕਾਉਂਸਲਿੰਗ ਦੇ ਰਹੇ ਹਾਂ ਤਾਂ ਕਿ ਉਹ ਮਾਨਸਿਕ ਤਣਾਅ, ਡਰ ਅਤੇ ਭੈਅ ਤੋਂ ਦੂਰ ਰਹਿਣ ਤੇ ਆਪਣੇ ਆਪ ਨੂੰ ਮਾਨਸਿਕ ਤੌਰ ਤੇ ਮਜ਼ਬੂਤੀ ਬਣਾਈ ਰੱਖਣ। ਇਸ ਲਈ ਅਸੀਂ ਕਾਉਂਸਲਿੰਗ ਮਤਲਬ ਕਿ ਸਮੇਂ-ਸਮੇਂ ਦੇ ਦੌਰਾਨ ਪੇਸ਼ੈਂਟ ਦੇ ਮੁਤਾਬਿਕ ਵੀ ਇੰਡੀਵਿਜੁਅਲੀ ਕਾਉਂਸਲਿੰਗ ਵੀ ਦੇ ਰਹੇ ਹਾਂ।